ਮੈਂ ਕਿਹਾ ਵੀ ਨਹੀਂ ਦੇਣਾ ਦੇ ਦੇ ਬੰਦਿਆਂ ਵਾਂਗੂ ਉਹ ਮਾਤਾ ਦਾ ਠੀਕ ਹੈ ਇਹਨਾਂ ਚ ਤਾਂ ਮੈਂ ਐਸੀ ਲਵਾਉਣੇ ਕਿਉਂਕਿ ਹੁਣ ਮੇਰਾ ਧਿਆਨ ਇੱਧਰ ਆ ਏਜੰਟ ਫਿਰ ਪੁੱਛਾ ਚੱਕਦੇ ਫਿਰਨਗੇ ਕਿ ਬੰਦਾ ਫੇਰ ਆ ਗਿਆ ਵਾ ਕੱਲੇ ਏਜੰਟ ਨਹੀਂ ਏਜੰਟ ਤਾਂ ਬੜੀ ਛੋਟੀ ਚੀਜ਼ ਹੈ ਮੈਂ ਕਿਹਾ ਸਭ ਦੀ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਨੇ ਲਵਾਈ ਹੈ ਮੰਤਰੀ ਮੁੱਖ ਮੰਤਰੀ ਦੇ ਥੱਲੇ ਤਾਂ ਆਪਣੀ ਕੋਈ ਗੱਲਬਾਤ ਹੀ ਨਹੀਂ ਹੈਗੀ ਇਹ ਤਾਂ ਬੜੀ ਛੋਟੀਆਂ ਚੀਜ਼ਾਂ ਨੇ ਜਰੀਏ ਇਹ ਗੱਲ ਕਹਿਣਾ ਚਾਹੁੰਦਾ ਜਾਂ ਤਾਂ ਜਿਵੇਂ ਹੁਣ ਜਿੰਨੇ ਦਿਨ ਮੈਂ ਇੱਥੇ ਅੰਦੋਲਨ ਦੇ ਵਿੱਚ ਹੈ ਅੰਦੋਲਨ ਦੇ ਵਿੱਚ ਤੁਹਾਨੂੰ ਟਾਈਮ ਹੈਗਾ ਤੁਹਾਡੇ ਕੋਲ ਲੋਕਾਂ ਦੇ ਪੈਸੇ ਮੋੜ ਦਿਓ ਜੇ ਨਹੀਂ ਤੁਸੀਂ ਪੈਸੇ ਵਾਪਸ ਕਰੋਗੇ ਮੈਂ ਇਸ ਤੋਂ ਵੱਡਾ ਜਲੂਸ ਕੱਢੂ ਇਸ ਤੋਂ ਵੱਡਾ ਛਿੱਤਰ ਖਿੱਚੂ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਆ ਕੇ ਇਕੱਲੇ ਇਕੱਲੇ ਇਹਨਾਂ ਦੇ ਆ ਕੇ ਸਾਰਿਆਂ ਦੇ ਮੂਹਰੇ ਇਹਨਾਂ ਦਾ ਜਲੂਸ ਕੱਢਣਾ ਮੈਂ ਲੋਕਾਂ ਦੇ ਨਾਲ ਇਹਨਾਂ ਨੇ ਬਈ ਸਾਡਾ ਪੰਜਾਬ ਬਰਬਾਦ ਕਰਕੇ ਰੱਖਤਾ 30-30 ਲੱਖ ਰੁਪਇਆ 50-50 ਲੱਖ ਰੁਪਇਆ ਬਾਈ ਗੱਲ ਦੱਸੋ ਤੁਸੀਂ ਮੈਨੂੰ ਇਹ ਦੱਸੋ ਬਾਈ ਤੁਸੀਂ ਪੜ੍ਹੇ ਲਿਖੇ ਹੋ ਜੇ ਅਮਰੀਕਾ ਦੀ ਅੰਬੈਸੀ ਫੀਸ 12-13 ਹਜ਼ਾਰ ਰੁਪਇਆ ਇਸ ਤੋਂ ਬਾਅਦ ਇਹ ਕੰਮ ਲੈਪਟਾਪ ਕੰਪਿਊਟਰ ਦੀ ਕਰਨਾ ਨਾ ਵੱਧ ਤੋਂ ਵੱਧ ਕਾਗਜ਼ੀ ਲਾਉਣੇ ਆ ਬਾਈ ਜੀ ਕਾਗਜ਼ੀ ਲਾਉਣੇ ਹੁੰਦੇ ਆਹੀ ਚੀਜ਼ਾਂ ਨੇ ਹੁਣ ਤੁਸੀਂ ਹੋਰ ਤਾਂ ਕੋਈ ਕਿਸੇ ਖਰਚ ਨਹੀਂ ਹੈਗਾ ਮੇਲਾਂ ਭੇਜ ਕੇ ਕਾਗਜ਼ ਭੇਜਣੇ ਹੁੰਦੇ ਆ ਡਾਕੂਮੈਂਟ ਤਿਆਰ ਕਰਨੇ ਹੁੰਦੇ ਆ ਵੱਧ ਤੋਂ ਵੱਧ 1 ਲੱਖ ਰੁਪਏ ਦਾ ਖਰਚਾ ਵੱਧ ਤੋਂ ਵੱਧ ਹੱਦ ਮਾਰ ਕੇ ਜੇ ਡਾਕੂਮੈਂਟ ਜਿਹੜੇ ਜੋ ਕੁਝ ਤਿਆਰ ਕਰਦੇ ਨੇ 1 ਲੱਖ ਰੁਪਏ ਦਾ ਖਰਚਾ ਬਾਹਰ ਭੇਜਣ ਦਾ ਹਨਾ ਸਟੱਡੀ ਵੀਜ਼ੇ ਦੀ ਵੀ ਆਪਾਂ ਗੱਲ ਕਰੀਏ ਉੱਥੇ ਫੀਸ ਦੇ ਨਾਂ 'ਤੇ ਠੱਗੀਆਂ ਮਾਰ ਰਹੇ ਨੇ ਫੀਸ ਹੁੰਦੀ ਆ $5,000 ਅਗਲੇ ਤੋਂ ਲੈਂਦੇ ਨੇ $20,000 ਅਡਿਟ ਕਰਕੇ ਇੰਨੀਆਂ ਵੱਡੀਆਂ ਠੱਗੀਆਂ ਮਾਰ ਰਹੇ ਨੇ ਇਹ ਇਹਨਾਂ ਨੇ ਇੰਨਾ ਵੱਡਾ ਪੰਜਾਬ ਨੂੰ ਲੁੱਟਿਆ ਮਾਫੀਆ ਨੇ ਇਹਨਾਂ ਨੇ ਬਈ ਆਪਣੇ ਘਰਾਂਵਾਲੇ ਨਾਲ ਬਾਉਂਸਰ ਆਪਣੇ ਜਵਾਕਾਂ ਨਾਲ ਬਾਉਂਸਰ ਇਹ ਮਾਫੀਆ ਦੀ ਮੈਂ ਜੜ ਪੱਟ ਕੇ ਹਟਣੀ ਆ ਪੰਜਾਬ ਦੇ ਵਿੱਚ 35,000 ਏਜੰਟ ਆ 35,000 ਏਜੰਟ ਬਰਬਾਦ ਕਰਕੇ ਸਿਰ ਤਾਂ ਸਾਡਾ ਪੰਜਾਬ ਅੱਜ ਤੁਹਾਨੂੰ ਬਾਪੂ ਧਰਨਾ ਦੇ ਵਿੱਚ ਦਿਖ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪੰਜਾਬ ਦੀ ਜਵਾਨੀ ਸਾਰੀ ਬਾਹਰ ਧੱਕਤੀ ਇਹਨਾਂ ਨੇ ਦਿਖਾ ਦਿਖਾ ਉੱਥੇ ਉੱਥੇ ਨੌਜਵਾਨ ਸਾਡੇ ਹਾਰਟ ਅਟੈਕ ਨਾਲ ਮਰੀ ਜਾਂਦੇ ਨੇ ਕਿਤੇ ਕਿਵੇਂ ਮਰੀ ਜਾਂਦੇ ਨੇ ਕਿਤੇ ਜੇਲ੍ਹਾਂ 'ਚ ਮਰੀ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਲੜਾਈ ਕੌਣ ਲੜੂਗਾ ਪਰ ਜਦੋਂ ਭਾਂਡੇ ਦੇ ਲਗਾਤਾਰ ਪਰਚੇ ਦੇ ਪਰਚੇ ਪੈ ਰਹੇ ਸੀ ਕਈ ਇਮੀਗ੍ਰੇਸ਼ਨ ਵਾਲਿਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਬੜੇ ਖੁਸ਼ ਨਜ਼ਰ ਆਏ ਉਹ ਮੈਂ ਕਿਹਾ ਉਹਨਾਂ ਦੀ ਤਾਂ ਗੱਲ ਕਰਦੇ ਮੀਟਿੰਗ ਦੇ ਵਿੱਚ ਨਹੀਂ ਨਿਭਦਾ ਤੁਹਾਡੇ ਅੱਗੇ ਵੱਲੋਂ ਕੀ ਰਣਨੀਤੀ ਹੈਗੀ ਅੱਗੇ ਰਣਨੀਤੀ ਪਤਾ ਕੀ ਗੱਲ ਹੈ ਰਣਨੀਤੀ ਸਾਡੇ ਆਗੂ ਸਹਿਬਾਨ ਲਿਖਣਗੇ ਜੋ ਕੁਝ ਕਹਿਣਗੇ ਦੇਖੋ ਉਹਨਾਂ ਦੇ ਬੜੇ ਵੱਡੇ ਉਹਨਾਂ ਦੇ ਤਜਰਬੇ ਨੇਗੇ ਜੋ ਕੁਝ ਕਹਿਣਗੇ ਮੈਂ ਇੱਕੋ ਗੱਲ ਕਹਿਤੀ ਡੱਲੇਵਾਲ ਸਾਹਿਬ ਨੂੰ ਵੀ ਕਹਿਤੀ ਸਾਰੇ ਜਥੇਬੰਦੀਆਂ ਨੂੰ ਕਹਿਤੀ ਜਿਨ੍ਹਾਂ ਨੂੰ ਮਿਲਿਆ ਵੀ ਤੁਸੀਂ ਮੇਰੀ ਸੇਵਾ ਮੂਹਰੇ ਲਾ ਦਿਓ ਵੀ ਜੇ ਉੱਥੇ ਸੱਟਾਂ ਖਾਣ 'ਤੇ ਜਾਂ ਕਿਤੇ ਸੀਧੀ ਸੂਧੀ ਹੋਏ ਤਾਂ ਬਹੁਤ ਚੰਗੀ ਗੱਲ ਆ ਹਨਾ ਵੀ ਤੁਸੀਂ ਮੈਨੂੰ ਦੱਸ ਦਿਓ ਹੁਣ ਗੱਲ ਐਂ ਆ ਹੁਣ ਇਹੀ ਗੱਲ ਮੌਤ ਵੇਲੇ ਹੋਣੀ ਮੌਤ ਵੇਲੇ ਨਾ ਸਰੀਰ ਨਾਲ ਜਾਣਾ ਨਾ ਬੱਚੇ ਨਾ ਧੀ ਨਾ ਪੁੱਤ ਬਸ ਕੀਤਾ ਹੋਇਆ ਕਰਮ ਬੰਦੇ ਦੇ ਨਾਲ ਜਾਣਾ ਜੋ ਕਰਮ ਕਰ ਗਿਆ ਚੰਗਾ ਕਰ ਲਏ ਜਿੰਨਾ ਚੰਗਾ ਹੋ ਸਕੇ ਕਰਮ ਹੀ ਮਾੜਾ ਕਰਮ ਤੋਂ ਬੰਦਾ ਬਚ ਜੇ ਦੋ ਮਿੰਟ ਰੁਕ ਜਾਓ ਇਹੀ ਗੱਲ ਮੌਤ ਵੇਲੇ ਹੋਣੀ ਮੌਤ ਵੇਲੇ ਨਾ ਸਰੀਰ ਨਾਲ ਜਾਣਾ ਨਾ ਬੱਚੇ ਨਾ ਧੀ ਨਾ ਪੁੱਤ ਬਸ ਕੀਤਾ ਹੋਇਆ ਕਰਮ ਬੰਦੇ ਦੇ ਨਾਲ ਜਾਣਾ ਜੋ ਕਰਮ ਕਰ ਗਿਆ ਚੰਗਾ ਕਰ ਲਏ ਜਿੰਨਾ ਚੰਗਾ ਹੋ ਸਕੇ ਕਰਮ ਹੀ ਮਾੜਾ ਕਰਮ ਤੋਂ ਬੰਦਾ ਬਚ ਜੇ ਦੋ ਮਿੰਟ ਰੁਕ ਜਾਓ ਜੀ।